ਲੋਕ ਸਭਾ ਚੋਣਾਂ 2019 ਉਮੀਦਵਾਰਾਂ ਦੀ ਜੱਦੋਜਹਿਦ ਖਤਮ ਹੋ ਗਈ ਹੈ ਤੇ ਫੈਸਲਾ ਹੁਣ ਜਨਤਾ ਦੇ ਹੱਥ 'ਚ ਹੈ। ਅੱਜ ਜਨਤਾ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਆਪਣਾ ਨੇਤਾ ਕਿਹਨੂੰ ਬਣਾਉਣਾ ਹੈ। ਤੇ ਸਾਡੇ ਨਾਲ ਇਸ ਲਈ ਜੁੜ ਚੁੱਕੇ ਨੇ ਫਤਿਹਜੰਗ ਬਾਜਵਾ ਜੋ ਕਿ ਕਾਂਗਰਸ ਵੱਲੋਂ ਹਲਕਾ ਕਾਦੀਆਂ ਦੇ MLA ਨੇ। ਗੱਲ ਕਰਾਂਗੇ ਉਹਦੇ ਨਾਲ। ਸਰ, ਕੀ ਮਾਹੌਲ ਹੈ ਤੇ ਕੀ ਮੂਡ ਹੈ ਜਨਤਾ ਦਾ? ਮਾਹੌਲ ਬੜਾ ਅਪਬੀਟ ਹੈ। ਗੁਰੂ ਮਹਾਰਾਜ ਦੀ ਕਿਰਪਾ ਹੋਏਗੀ, ਲੋਕ ਜਾਖੜ ਸਾਹਿਬ ਨੂੰ ਵੋਟ ਪਾਉਣਗੇ, ਕਿਉਂਕਿ ਲੋਕ ਚਾਹੁੰਦੇ ਨੇ ਵੀ ਜਿਹੜਾ ਬੰਦਾ ਲੋਕਾਂ ਨਾਲ ਕਨੈਕਟਡ ਹੈ ਉਹਨੂੰ ਵੋਟ ਪਾਉਣੀ ਹੈ। ਫਿਲਮੀ ਸਿਤਾਰੇ ਜਿਹੜੇ ਨੇ ਉਹ ਆਉਂਦੇ ਨੇ ਅਤੇ ਆ ਕੇ ਚਲੇ ਜਾਂਦੇ, ਸਾਰੇ ਲੋਕਾਂ ਨੂੰ ਆਲਰੇਡੀ ਪਤਾ, ਪਹਿਲੇ ਵੀ ਗੁਰਦਾਸਪੁਰ ਨਾਲ ਇਹ ਹੋ ਚੁੱਕਾ ਹੈ। ਸੋ ਮੇਰਾ ਮੰਨਣਾ ਹੈ ਵੀ ਬਹੁਤ ਭਾਰੀ ਲੀਡ ਨਾਲ ਜਾਖੜ ਸਾਹਿਬ ਜਿੱਤਣਗੇ। ਸਰ, ਤੁਸੀਂ ਗੱਲ ਕੀਤੀ ਫਿਲਮੀ ਸਿਤਾਰੇ ਦੀ, ਅਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਖੰਨਾ ਜੀ ਵੀ ਆਏ ਅਤੇ ਕਾਫੀ ਦੇਰ ਉਹਨਾਂ ਨੇ ਰਾਜ ਕੀਤਾ, MP ਰਹੇ ਨੇ, ਅਤੇ ਸੇਮ ਸਨੀ ਵੀ ਉਸ ਤਰ੍ਹਾਂ ਹੀ ਕੰਮ ਕਰਨਗੇ ਅਤੇ ਜੇ ਜਿੱਤ ਜਾਂਦੇ ਅਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਸਰ, ਦੇਖੋ, ਮੈਂ ਇਹ ਗੱਲ ਸਮਝਦਾ ਵੀ ਅੱਜ ਤੋਂ 1.5 ਸਾਲ ਪਹਿਲੇ ਅਸੀਂ ਤਕਰੀਬਨ 2 ਲੱਖ ਵੋਟ ਨਾਲ ਜਿੱਤੇ ਹਾਂ। ਲੋਕਾਂ ਨੇ ਜਾਖੜ ਸਾਹਿਬ ਦੀ ਨਾਲ ਡੀਲ ਕੀਤਾ, ਹਲੀਮੀ ਹੈ, ਜੈਂਟਲਮੈਨ ਨੇ, ਕੰਮ ਕਰਨ ਵਾਲੇ ਨੇ, ਪਾਰਟੀ ਦੇ ਸਾਡੇ ਪ੍ਰਦੇਸ਼ ਦੇ ਪ੍ਰਧਾਨ ਨੇ। ਤੋ ਸਨੀ ਦਾ ਕੋਈ ਮੈਟਰ ਨਹੀਂ ਕਰਦਾ, ਠੀਕ ਹੈ। ਇਹ ਗੱਲ ਜ਼ਰੂਰ ਹੈ ਵੀ ਫਿਲਮੀ ਸਿਤਾਰੇ ਦੇ ਆਉਣ ਨਾਲ ਜਿਹੜੀ ਨੌਜਵਾਨ ਬੱਚੇ ਨੇ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਵੇਖਣ ਜਾਂਦੇ, ਪਰ ਲੋਕਾਂ ਨੇ ਸੈਲਫੀਆਂ ਖਿੱਚੀਆਂ ਨੇ, ਵੋਟ ਨਹੀਂ ਕਨਵਰਟ ਹੋਏਗੀ, ਵੋਟ ਕਾਂਗਰਸ ਨੂੰ ਹੀ ਪਏਗੀ। ਬਾਜਵਾ ਸਾਹਿਬ, ਕਿਤੇ ਨਾ ਕਿਤੇ ਵਿਰੋਧੀਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਕਾਂਗਰਸ ਦੀ ਹੈ ਪੰਜਾਬ 'ਚ ਅਤੇ ਜਿਹੜੀ ਮਸ਼ੀਨਰੀ ਹੈ ਉਹਦਾ ਦੁਰਉਪਯੋਗ ਵੀ ਹੋ ਸਕਦਾ, ਕੀ ਕਹਿਣਾ ਤੁਹਾਡਾ? ਕਦੀ ਕਾਂਗਰਸ ਨੇ, ਕਾਂਗਰਸ ਦੀ ਨੀਤੀ ਇਹ ਨਹੀਂ ਹੈ, ਔਰ ਜਿੰਨੀ ਸ਼ਾਂਤਪੂਰਵਕ ਤੁਹਾਡੇ ਹਿਸਾਬ ਨਾਲ ਜਿਹੜੀ ਵੋਟ ਪੈਰੀ ਹੈ ਉਹ ਇਸ ਚੀਜ਼ ਦਾ ਮਿਸਾਲ ਹੈ ਵੀ ਬਿਲਕੁਲ ਪੀਸਫੁਲੀ ਔਰ ਲੋਕਾਂ ਦੀ ਮਰਜ਼ੀ ਨਾਲ ਵੋਟ ਪਏਗੀ, ਕੋਈ ਸਰਕਾਰੀ ਜੰਤਰ ਤੰਤਰ ਦਾ ਇਸਤੇਮਾਲ ਨਹੀਂ ਕੀਤਾ ਜਾਏਗਾ। ਬਸ ਆਖਰੀ ਸਵਾਲ, ਦੇਸ਼ ਦੇ ਵਿੱਚ ਕੀ ਲੱਗ ਰਿਹਾ, ਕੀ ਮਾਹੌਲ ਹੈ? ਦੇਸ਼ ਦੇ ਵਿੱਚ ਐਂਟੀ ਮੋਦੀ ਵੇਵ ਹੈ, ਅੰਡਰ ਕਰੰਟ ਹੈ, ਕਿਉਂਕਿ ਲੋਕਾਂ ਨੇ ਪਿਛਲੇ 5 ਸਾਲ ਮੋਦੀ ਜੀ ਦੇ ਰਾਜ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਦੇਖੀ, ਸਿਰਫ ਪੋਲੀਟੀਕਲ ਲੀਡਰਸ ਦੀ ਉਹ ਜਿਹੜੀ ਇਹ ਖਿੱਚੋਤਾਣ ਕਰਦੇ ਰਹੇ, ਚਾਹੇ ਵੈਸਟ ਬੰਗਾਲ ਸੀ ਉੱਥੇ CBI ਭੇਜਤੀ, ਚਾਹੇ ਕੋਈ ਇੰਡਸਟਰੀਲਿਸਟ ਹੈ ਉਹਨਾਂ ਨੂੰ ਇਨਕਮ ਟੈਕਸ ਦੀ ਜੰਤਰ ਤੰਤਰ ਦਾ ਪ੍ਰਯੋਗ ਕਰਤਾ। ਸੋ ਪਿਛਲੇ 5 ਸਾਲਾਂ ਦੇ ਵਿੱਚ ਇੰਡੀਆ ਦੀ ਗਰੋਥ ਨਹੀਂ ਹੋਈ, ਨੌਜਵਾਨ ਬੱਚੇ ਨੂੰ 2 ਕਰੋੜ ਨੌਕਰੀ ਵਾਲਾ ਜਿਹੜਾ ਸੀ ਉਹ ਇੱਕ ਨੌਕਰੀਆਂ ਨਹੀਂ ਮਿਲੀਆਂ। ਸੋ ਲੋਕ ਅੱਜ ਕੰਮ ਨੂੰ ਪਸੰਦ ਕਰਕੇ ਚੰਮ ਨੂੰ ਪਸੰਦ ਨਹੀਂ ਕਰਦੇ। ਮੋਦੀ ਜੀ ਨੇ ਆਪਣਾ ਬਥੇਰੇ ਝੂਠੇ ਸੱਚੇ ਨਾਅਰੇ ਮਾਰੇ ਸੀਗੇ, ਬਟ ਮੇਰਾ ਖਿਆਲ ਹੈ ਵੀ ਹਿੰਦੁਸਤਾਨ ਦੇ ਲੋਕ ਸਿਆਣੇ ਨੇ ਔਰ ਇਸ ਵਕਤ ਉਹਨਾਂ ਦੀ ਚੇਂਜ ਲੈ ਕੇ ਆਉਣਗੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਅਤੇ ਇਸ ਸਨ ਸਾਡੇ ਨਾਲ ਫਤਿਹਜੰਗ ਬਾਜਵਾ, ਜਿਨ੍ਹਾਂ ਦਾ ਕਹਿਣਾ ਹੈ ਕਿ ਕੰਮ ਨੂੰ ਦੇਖ ਕੇ ਵੋਟਾਂ ਪੈਣੀਆਂ, ਚੰਮ ਨੂੰ ਦੇਖ ਕੇ ਨਹੀਂ। ਕੈਮਰਾਮੈਨ ਇਸ਼ਾਨ ਦੇ ਨਾਲ ਸੰਜੀਵ ਮੰਗੋਤਰਾ, ਦੈਨਿਕ ਸਵੇਰਾ TV, ਕਾਦੀਆਂ।